he Alhamdulillah Rabbil Alameen Ar-Rahman Rahim Malik Yawmiddin Iyaka Na'budu Wa Iyaka Nasta'in Ihdina Siraat Al-Mustaqim صراط الذين أنعمت عليهم غير المغضوب عليهم ولا الضالين اللهم صل على محمد وآل محمد واجل فرج آل محمد بسم اللہ الرحمن الرحیم تکلیف نہ سمجھو تھوڑا تھوڑا قریب آوے سو بانیان فرش آزادے جملہ مرحومین واسطے بالخصوص سلطان الذاکرین ڈاڈے امیر حسین شاہ انہاں واسطے یہ انہاں دی وچھائی ہوئی پھوڑی ہے میرے نانا میرے نانی میرے مامے واسطے جتنے بھی مرحومین ٹر گئے انہاں واسطے بھاوے الطاف شاہ واسطے اپنے اپنے مرحومین واسطے لا وارث مومنین مومنات میں کیونکہ وطن ہے تقریباً ہر چہرے تو واقف ہاں کچھ ہن جنہ کو نہ ہی جان دا پر قبر حسین تے کھڑا شام ہو گئی ہے اتنا یقین نال آگ سنگنا جتنے آئے بیٹھے ہو ہو وسدے گھران دے لوگ تے سید ہون دے ناتے میری دلوں دعا ہے مولا تو کو وسدہ رکھے وطن والے ہو سارے وارثاں والے بیٹھے ہو تے میں تو تہاڈے سامنے انہاں مرحومین دا ذکر کیتا ہے جنہاں دا فاتحہ پڑھن والا بھی کوئی نہیں بھلا ہوئے تہاڈا سادات تمام مرحومین واسطے ملت دے شہدا واسطے مرحومین ذاکرین مومنین علماء حقا واسطے بالخصوص میرے بابا مرحوم واسطے سب مل کے مشترکہ فاتحہ پڑھو جا بسم اللہ الرحمن الرحیم بابے انہاں دی وی تے میڈی وی حاضری تے بصیرت بانی وی ہے پر
ਇਹ ਸ਼ਬਾਨ ਵਾਲੀਆਂ ਮਜਲਸਾਂ 'ਤੇ ਬਾਬੇ ਬਣੀ ਪੜ੍ਹਦੇ ਰਹਿੰਦੇ ਹਨ, ਉਹਨਾਂ ਦੀ ਯਾਦ 'ਤੇ ਆਖਣ ਨੇ ਜੋ ਤੁਸੀਂ ਹਾਜ਼ਰੀ ਲਵਾਓ। ਮੈਂ ਇੰਤਜ਼ਾਰ ਨਾ ਕਰਾਉਣਾ ਚਾਹੁੰਦਾ, ਜਿਹੜਾ ਕੁਝ ਹਾਂ ਤੁਹਾਡੀ ਦਵਾਈ ਦਈ ਹਾਂ, ਬਹੁ ਮੁਖਤਸਰ ਦੀ ਹਾਜ਼ਰੀ ਅਤੇ ਫਖਰ ਸਮਝਾਂਦਾ ਇਹਨਾਂ ਦੀ ਮੌਜੂਦਗੀ 'ਚ ਪੜ੍ਹਨ ਪੜ੍ਹਨੇ ਮੈਂ ਦੁੱਖਿਨ ਅਤੇ ਮੇਰੇ ਵਤਨ ਦੇ ਸ਼ਰੀਫ ਅਦਾਦਾਰੋ, ਜੇ ਇਜਾਜ਼ਤ ਦਿਓ ਦੁੱਖ ਉਹਦੇ ਸੁਣਾਉਣਾ ਚਾਹੁੰਦਾ, ਜੇ ਕੋਈ ਵੇਲੇ ਦਫਨਾਵਣ ਤੋਂ ਬਾਅਦ ਸਜਾਦ ਆਖਾ ਹਾ ਹੁਣ ਮੈਂ ਯਤੀਮ ਮੈਂ ਇੱਕ ਲਮਹੇ ਦਾ ਇੰਤਜ਼ਾਰ ਨਹੀਂ ਕਰਾਇਆ। ਕੌਣ ਸਜਾਦ? ਮੈਂ ਜ਼ਾਕਰੀ ਨਹੀਂ ਮਨਾਵਣੀ, ਮੈਂ ਦੁਆ ਖੇਲਣੀ ਬਿਆਲਾ ਲਿਓ। ਉਹ ਸਜਾਦ ਜੇ ਕੂਫੇ 'ਚ ਖੜ ਕੇ ਆਖੇ ਮੈਂ ਮੱਕਾ ਉਹ ਮੀਨਾ ਦਾ ਪੁੱਤਰਾਂ, ਜੈ ਸ਼ਾਮ ਵਿੱਚ ਬਦਮਾਸ਼ਾਂ ਦੇ ਸਾਹਮਣੇ ਆਖੇ ਮੈਂ ਕੁਛ ਸੁਣਾਣੋ ਮੈਂ ਸਫਾ ਉਹ ਜ਼ਮ ਜ਼ਮ ਦਾ ਦਿਲ ਬੰਨਾ। ਗਲਤ ਪਣਾ ਮੈਂ ਬਾਰਵੇਂ ਦਾ ਮੁਜਰਿਮ, ਜਿੱਦਾਂ ਈ ਵੇਲੇ ਫੁੱਫੀ ਕੋ ਦਫਨਾ ਖੜੇ ਡਾਡੀ ਫਿਜ਼ਾ ਤੋਂ ਦੇਖ ਕੇ ਆਦੇ, ਜੇ ਸੱਚ ਪੁੱਛਦੀ ਅੱਜ ਮੈਂ ਸਜਾਦ ਗਰੀਬ ਵੀ ਹਾਂ, ਅੱਜ ਮੈਂ ਸਜਾਦ ਯਤੀਮ ਹੀ ਹਾਂ। ਮੈਂ ਤੂੰ ਤਾਂ ਹਰ ਮੋੜ 'ਤੇ ਮੇਰੇ ਨਾਲ ਹੋਵੇਂ ਅਤੇ ਸ਼ਾਮ ਦੇ ਰਾਹ ਦੇ ਵਿੱਚ ਕਈ ਮੌਕੇ ਇਹੋ ਜਿਹੇ ਬਣੇ ਹਨ ਜਿੱਦਾਂ ਮੈਂ ਸਜਾਦ ਮੌਤ ਮੰਗਣ ਦਾ ਇਰਾਦਾ ਕੀਤਾ। ਡਾਡੀ ਅਜਾ ਮੈਂ ਮੌਤ ਮੰਗਣ ਦਾ ਸੋਚਿੰਦਾ ਹੈ, ਮੂੰਹ 'ਚ ਮੌਤ ਮੰਗਦਾ ਨਹੀਂ। ਮੇਰੀ ਆ ਫੁੱਫੀ ਅੱਖਾਂ ਵੱਧ ਕੇ ਮੇਰੇ ਮੂੰਹ 'ਤੇ ਹੱਥ ਦੇ ਕੇ ਆਖਿਆ, ਸਜਾਦ ਮੌਤ ਜੋ ਮੰਗਣਾ ਮੈਂ ਕੋਈ ਮਰ ਗਈ ਹਾਂ। ਅਲਹਮਦੁਲਿਲਾ ਬਈ, ਅਲਹਮਦੁਲਿਲਾ, ਯਕੀਨਨ ਜਿਤਨੇ ਬੈਠੇ ਹੋ ਮੌਲਾ ਦੇ ਚੁਣਿਆ ਦਾ ਦਾਰ ਬੈਠੇ, ਮੇਰੀ ਜ਼ਿੰਦਗੀ 'ਚ ਮੌਤ ਨਾ ਮੰਗ। ਅਤੇ ਡਾਡੀ ਜੇ ਸੱਚ ਪੁੱਛਦੀ ਹੁਣ ਮੈਂ ਯਤੀਮ ਹਾਂ। ਜਿੱਦਾਂ ਦਫਨਾ ਖੜੇ ਨਾ ਫਿਜ਼ਾ ਗੁਆਲ ਕੇ ਆਦੀ ਹੈ, ਸਜਾਦ ਜ਼ਮਾਨੇ ਦਾ ਇਮਾਮ ਹੈ, ਉਲਲ ਅਮਰ ਹੈ, ਹੁਜਤ ਖੁਦਾ ਹੈ। ਮੇਰਾ ਬਚੜਾ ਇਹ ਤੇਰੀ ਮਾਂ ਦੀ ਕਬਰ ਹੈ ਅਤੇ ਤੇਰੀ ਮਾਂ ਵੀ ਮੈਂ ਕੋ ਮਾਂ ਛੱਡੇਂਦੀ ਗਈ। ਸਜਾਦ ਤੇਰੀ ਮਾਂ ਦੀ ਮਾਂ ਦੇ ਮਰ ਵੰਜਣ ਤੋਂ ਬਾਅਦ ਇਹ ਛੋਟੀ ਹੈ ਜਦਾਂ ਇਹਦੀ ਮਾਂ ਮੋਈ, ਮੈਂ ਹੀ ਕੁਛ ਸੰਭਲੈਂਦੀ ਹੈ, ਮੈਂ ਦੇਖਾਂ ਸੁੱਤੀ ਹੈ ਜਾਂ ਕੋਈ ਨਾ। ਤੂੰ ਜ਼ਮਾਨੇ ਦਾ ਇਮਾਮ ਹੈ, ਜੇ ਤੂੰ ਇਜਾਜ਼ਤ ਦੇਵੇਂ ਇੱਕ ਦਫ਼ਾ ਕਬਰ 'ਚ ਲੈ ਕੇ ਡਿੱਠੀਆਂ ਵਾਂ, ਦੇਖਾਂ ਇੱਥਾਂ ਕਿਵੇਂ ਸੁੱਤੀ ਪਈ। ਜਿਹੜਾ ਸ਼ਾਮ ਹੋ ਗਈ ਹੈ ਤਾਂ ਹੀ ਵੇਲੇ ਅਲੀ ਦੀ ਧੀ ਦੀ ਗੁਰਬਤ ਕੋ ਨਹੀਂ ਰੋ ਸਕਦਾ, ਉਹ ਆਪਣੀ ਕਿਸਮਤ ਕੋ ਗਾਲ ਕਰੇ। ਸਜਾਦ ਆਦੇ ਅੰਮਾ ਮੈਂ ਤੇ ਕੋ ਕਿਵੇਂ ਹਟਕਾਂ, ਤੇ ਕੋ ਜੋ ਬਾਬਾ ਹੁਸੈਨ ਹੀ ਮਾਤ ਹੈ। ਰੋਂਦੀ ਹੋਈ ਫਿਜ਼ਾ ਕਬਰ 'ਚ ਲੱਥੀ ਹੈ, ਪੰਜ ਮਿੰਟਾਂ ਤੋਂ ਬਾਅਦ ਮਾਤਮ ਕਰੇਂਦੀ ਹੋਈ ਕਬਰ 'ਚ ਬਹਿ ਰਹੀ ਹੈ। ਸਜਾਦ ਆਦੇ ਅੰਮਾ ਹੁਣ ਮਾਤਮ ਕਿਉਂ ਵਧੀ ਕਰੇਂਦੀ, ਮੇਰੀ ਫੁੱਫੀ ਕਿਹੜਾ ਦੁੱਖ ਦੱਸਈ? ਆਦੀ ਤੇਰੀ ਇਮਾਮਤ ਦੀ ਕਸਮ ਹੈ, ਮੈਂ ਕਬਰ 'ਚ ਲੱਥੀ ਹਾਂ, ਮੈਂ ਕੋ ਨੱਖ ਬਾਜ਼ਾਰ ਦਾ ਦੁੱਖ ਦੱਸੈਸ, ਮੈਂ ਕੋ ਨੱਕ ਦਰਬਾਰ ਦਾ ਦੁੱਖ ਦੱਸਦ, ਮੇਰੇ ਗੱਲ 'ਚ ਬਈ ਪਾ ਕੇ ਇੱਕੋ ਵੈਣ ਕਰਕੇ ਆਦੀ ਅੰਮਾ ਫਿਜ਼ਾ ਹੁਸੈਨ ਕੋ ਰੋਵਣ ਵਾਸਤੇ, ਹੁਣ ਤਾਂ ਮੈਂ ਕੋਈ ਨਾ ਹਟਕੇ ਸੀ। ਮੈਂ ਕੋ ਆਦੀ ਹੈ ਜਿਹੜਾ ਹੱਕ ਬਣਦਾ ਹੁਸੈਨ ਕੋ ਰੋਵਣ ਦਾ, ਅੰਮਾ ਮੈਂ ਉਹ ਹੱਕ ਅਦਾ ਨਾ ਕਰ ਸਕੀ। ਅਲਹਮਦੁਲਿਲਾ ਬਈ, ਕਹਿੰਦੋ ਦੇਖਾ ਸਾਰੇ ਜੋ ਗੁਰਲਾਂ ਦੇ ਬੈਠੇ, ਯਾਦ ਰੱਖਾ ਹੈ ਮੇਰੇ ਵਤਨ ਦੇ ਸ਼ਰੀਫ ਅਦਾਦਾਰੋ, ਕਾਇਨਾਤ ਦਾ ਸਭ ਤੋਂ ਅਜ਼ੀਮ ਰਿਸ਼ਤਾ ਬਹਿਣ ਤੇ ਭਰਾ ਦਾ, ਬਹਿਣ ਤੇ ਭਰਾ ਦੀ ਮੁਹੱਬਤ ਬਹੁ ਅਜ਼ੀਮ ਆਉਂਦੀ ਹੈ, ਪਰ ਈ ਬਹਿਣ ਦੀ ਭਰਾ ਦੇ ਨਾਲ ਸਿਰਫ ਮੁਹੱਬਤ ਨਹੀਂ, ਬਿਆਲਾ ਲਿਓ ਲਵ ਦੇ ਮੁਅੱਦਤ ਵੀ ਥੋੜੇ। ਮੇਰੇ ਬਾਬੇ ਹੁਣ ਪੜ੍ਹਦੇ ਰਹਿੰਦੇ ਐਨ, ਇਹ ਬਹਿਣ ਭਰਾ ਤੇ ਫਨਾ ਹੋਈ। ਫਨਾ ਸਮਝਦੇ ਹੋ ਨਾ? ਮੈਂ ਤਾਂ ਉਹਨਾਂ ਦੇ ਦਰਮਿਆਨ ਪੀ ਪੜਦਾ ਜਿਹੜੇ ਝੋਲੀਆਂ ਛੈਨ ਤੇ ਜ਼ਿਕਰ ਸੁਣਨ ਲੱਗਿਆ। ਵੱਤ ਵੀ ਹਰ ਮਿੰਬਰ ਤੇ ਮੇਰੀ ਕੋਸ਼ਿਸ਼ ਇਹ ਹੁੰਦੀ ਹੈ, ਮੌਲਾ ਮੈਂ ਕੋਈ ਹਿੰਮਤ ਇਵੇਂ ਦੇਵੇ, ਮੈਂ ਪੜ੍ਹਾਂ ਇਵੇਂ ਅਦਾਦਾਰਾਂ ਦੇ ਬਾਲਾਂ ਕੋਈ ਸਮਝ ਆਵੇ। ਮੈਂ ਸੌਖਾ ਕਰਕੇ ਤਾਂ ਸਮਝਿੰਦਾ, ਮੱਛਲੀ ਪਾਣੀ 'ਚ ਫਨਾ ਹੈ, ਇਵੇਂ ਮੱਛਲੀ ਕੋ ਪਾਣੀ 'ਚੋਂ ਕੱਢੋ ਉਹ ਤੜਪ ਕੇ ਮਰ ਵੇ,
मछली है पानी च फना, जेड़ा बंदा मछली खावे ना वो कोई प्यास दी तलब आउंदी है, त्रेह लगदी है। ए अलम दी कसम है, कयालम दे लफ्ज नहीं, अगर रो संगो तो सतरी काफी है। तेरा रात रोण वाला इमाम आदम मैं मौके दा गवाह हां, बड़ी फुफी मेरे बाबे हुसैन तई हद तक फना आई। सजादा दर्दा मुहर्रम वाले दिन जदा मेरा बाबा मैदान गई है, पत्थर मेरे बाबे हुसैन को लगते हैं, खून मेरी फुफी दे सर च वहां। अमीर बंदे भई जे सतर ते है तक नहीं की थी। सजादा दे तीर मेरे बाबे हुसैन को लगते हैं, तीरां दा जख्म मेरी फुफी दे बदन ते खड़वेंदा। बलौन बलौन ये शरीयत दा मसला है, जो मर्द ते औरत दे मसले कदा कठे नहीं विछदे, थोड़ा फर्क होंदा विच विथ होंदी है। उलमा दे सर ते कुरान रख के पूछ गिनो, भैन ते भरा दे मसले कठे विछदे। उलमा और उफा मुत्तफिका इयो फैसला दिता, इन वास्ते कठे विछदे हैं जो भरा दी मर्जी होंदी है, मैं नमाज मुका के भैन को देखा ते भैन दी हसरत होंदी है, मैं इबादत मुका के हुसैन को देखा। इन वास्ते जदा डावी लडी अकबर दा बाबा मैदान तो टुरा, भैन दे नाल आखरी गल इयो कीतियां ने, हर वेले मैं को भूल मने शब दी नमाज च मैं को न भूला मैं। हाँ त्रै सफर ही नहीं मखदूम आंदे, कितने मैं तफसील नाल तो ना पढ़ सकता, ये भी क्योंकि मैं घाटी पढ़ना वतन ते दुआ गिनन दी खातर जितनी पढ़ सा, कोई गर्द नहीं कोई लालच नहीं, हुक्म कीता वे ते मैं हुक्म दी तामील च भी आ पढ़ना। त्रै सफर, पहला सफर जदा बाबे सड़वाया, जदा सारे पुत्रां को भेजो ने जो लगे वनो, मैं अली दी हसरत ते मैं को जमाने वसदा दिठा है, मैं चाहना एक दफा मैं को जिंदगी च धियां वसदा देख। हाँ दूजा सफर ये हुण गुजरी 28 रजब, इतने दिन नहीं होए, सफर ए सौखा ना, पर मैं पढ़दा रहना ये सफर कदरे सौखा हा, भावें सफर तू वतन तू टुरी हई, भावें टुरी नहीं टुराया गया हा, पर भिरावां दे नाल टुरी आई। कम अज कम अदादार वास्ते लफ्ज इयो काफी है, जिहड़ा तीजा ते आखरी सफर कीता है, सुभेरा ही कोई ना ते बेहला लियो, ई वेले दी कसम है हाथ पिछू ते बदे होए। तौहीद बचावण वाले को हुसैन आदेन, हुसैन बचावण वाले को आली आदे, जै हुसैन को बचाए। मनवैस ना दरबार इच वन के मनवा के वली है, भेण भेण भिरा भिरा है। जदा यजीद मुल्क दे बदल दे हालात डिठन, गवर्नर मदीना को खत लिखस, तेरे को अगर मुल्क दे हालात काबू नहीं थी दे, 72 दी मातमदार को मेडो भेज, लफ्ज आखा अगर कदर कर संगो। यजीद लिख के आ दे उकवान के हिक मेरा पैगाम ने, वे उकवान के आखे अली दी दी हाले शाम च पत्थर मुक नहीं गए। हुण ये धरती लफ्ज ना समझे सी तो रब जाने कौन समझे सी। इन्हां त्रै पैगाम सजाद तो भेजन, सजाद रात रोंदा हा फुफी को ना दसेंदा, चौथी दफा ये गिरोह बना के गए, इवें गिरोह बना के गए जिवें कुछ अरसा पहले इंदे दादे अली दो गए हैं, जो नबी दी धी को आक ही को वक्त रोवे या नहीं को रोवे। हाँ वफद बना के गए या रात को रोवे, जिहड़ा वफद दा सरदार आ ओह अगां वध के सजाद दे कोल आ गया, दे सजाद फुफी को आक वतन छोड़े, अगर तेरी फुफी वतन न छोड़ा अगे लई आ से सिर्फ दरवाजे को भा। हुण असां रसूल दी कबर दा हया नहीं करना, हुण लैसू पूरे घर को भा। बाबे उन्हें पढ़दे रहंदे हन गैरत दे खुदा दी रत वध गई है, इवें सर झुका के फुफी दे कोल आ खड़े। जदा बचड़े को रात रोंदा डिठस, बीबी आदि रात क्यों रोंदे, कदमा ते हाथ रख के आदे अम्मा नहीं टिकन देंदे, अम्मा वत शाम जुलने। हुण मैं तुहाडे कोल पुछदा
ਇਹ ਤਾਂ ਹੁਕਮ ਹੈ ਸ਼ਰੀਅਤ ਦਾ, ਮਰਦ ਵੀ ਇਕੱਲਾ ਸਫ਼ਰ ਨਾ ਕਰੇ। ਤੇ ਇਹ ਤਾਂ ਪਰਦੇਦਾਰ ਹੀ ਮਾਵਾਂ ਤੇ ਅਦਲ ਦੀ ਪਰਦਾਦਾਰ ਹੀ। ਮੈਂ ਤੁਹਾਡੇ ਕੋਲ ਪੁੱਛਦਾ, ਇਕੱਲੀ ਟੁਰੀ ਹੈ? ਸਾਰੇ ਮੈਂ ਕੋਈ ਦਿਲ ਤੇ ਹੱਥ ਰੱਖ ਕੇ ਫਕਤ ਰੋਵਣ ਮੁਕਦਰਾਂ ਦਾ ਇੱਕ ਗਾਲ ਦਾ ਜਵਾਬ ਲਓ, ਇਹ ਕਿਤਨੇ ਫਿਰਾਵਾਂ ਦੀ ਭੈਣ ਹੈ? ਹਾਂ, 18 ਫਿਰਾਵਾਂ ਦੀ ਭੈਣ ਹੈ। ਗਾਜ਼ੀ ਦੇ ਅਲਮ ਦੀ ਕਸਮ ਹੈ, ਮੈਂ ਗਲਤ ਪੜ੍ਹਾਂ, ਮੈਂ 12ਵੇਂ ਦਾ ਮੁਜਰਮ, ਸਰ ਝੁਕਾ ਕੇ ਟੁਰ ਪਈਏ, ਕਾਇਮ ਫਿਰਾ ਦੇ ਦਰਵਾਜ਼ੇ ਤੇ ਰੁਕੀ ਨਹੀਂ, ਅਬਾਸ ਦੇ ਬੰਦ ਦਰਵਾਜ਼ੇ ਦੇ ਕੁੰਡੇ 'ਚ ਹੱਥ ਪਾ ਕੇ ਆ ਦੀਏ, ਅਲਮਾ ਅਲਾ ਮੈਂ ਵੱਧ ਸ਼ਾਮ ਪਈ ਵਹਿੰਦੀ ਆ, ਪੁੱਛਣ ਹੀ ਉਹ ਕੁਝ ਆਈਆਂ, ਮੈਂ ਕੋਈ ਦੱਸੋ ਮੇਰੇ ਨਾਲ ਕਿਹੜਾ ਜੁਲਸੋ। ਜੀਓ ਪਏ ਜੀਓ ਪਏ, ਇਵੇਂ ਹੱਕ ਬਣਦੇ ਤੁਹਾਡੀ ਅਦਾਦਾਰੀ ਦਾ ਜਿਵੇਂ ਹੁਣ ਪੇ ਕੁਰਲਾਉਂਦੇ ਹੋ। ਅਬਾਸ ਦਾ ਪੁੱਤਰੇ, ਤਾਰੀਖ ਚ ਨਾ ਹੀ ਸ਼ਹਿਜ਼ਾਦੇ ਦਾ ਉਬੈਦੁੱਲਾ, 11 ਸਾਲਾਂ ਦਾ ਸਨ, ਮਿੱਟੀ ਤੇ ਸਮ ਕੇ ਰੋਂਦਾ ਪਿਆ, ਜਿਹੜਾ ਵੈਣ ਸੁਣਿਆ ਸੀ ਨਾ, ਇਵੇਂ ਸਰ ਝੁਕਾ ਕੇ ਕੋਲ ਆ ਖੜਾ। ਹੈਬਾ ਤੇ ਆਲੀਆ ਚ ਨਜ਼ਰਾਂ ਜ਼ਮੀਨ ਪੇ ਵਸਤ ਹੋ ਗਈ, ਅੱਖਾਂ ਚ ਅੱਖਾਂ ਨਹੀਂ ਪਾ ਸਕਦਾ, ਕਦਮਾਂ ਤੋਂ ਲੈ ਕੇ ਆਦੇ ਬੀਬੀ ਮੈਂ ਤੋ ਕੋ ਰੋਣ ਤੂੰ ਹਟਕੇਂਦਾ ਨਾ, ਜੋ ਤੇਰਾ ਨੁਕਸਾਨ ਬਹੁ, ਹਟਕੇਂਦਾ ਨਾ। ਪਰ ਬੀਬੀ ਤੁਹਾਡਾ ਸਾਡਾ ਵੀ ਕੋਈ ਰਿਸ਼ਤਾ ਨਾ ਹੋਵੇ, ਨੌਕਰੀ ਸਰਦਾਰੀ ਵਾਲਾ ਤਹੇ। ਬੀਬੀ ਮੈਂ ਤੁਹਾਡੇ ਨੌਕਰ ਦਾ ਪੁੱਤਰ ਹਾਂ, ਤੇ ਤੁਹਾਡੇ ਨੌਕਰ ਦੇ ਪੁੱਤਰ ਹੋਣ ਦੇ ਨਾਤੇ ਤੁਹਾਡੀ ਮਿਹਨਤ ਕਰੇ ਨਾ, ਰੋ ਸਹੀ ਸਾਡੇ ਦਰਵਾਜ਼ੇ ਤੇ ਨਾ ਰੋ। ਜਿਹੜਾ ਬੰਦਾ ਆਦੇ ਨਾ, ਮੈਂ ਮਜਲੇ ਸੀ ਚਵੈਨਾ ਤੇ ਮੈਂ ਕੋਈ ਰੋਵਣ ਨਹੀਂ ਆਉਂਦਾ, ਮੇਰੀ ਜ਼ਾਕਰੀ ਦੀ ਸ਼ੱਕਰ ਹੀ ਆਲੀ ਆ ਸਹਿਣ ਦੀ ਮਜ਼ਾਰ ਤੇ। ਕਹੇ ਅੱਜ ਕੱਲ੍ਹ ਦੇ ਜ਼ਾਕਰ ਕੋਲ ਨਹੀਂ, ਜ਼ਾਕਰੀ ਦਾ ਪਹਿਲਾ ਮੁਹਰਮ ਹੀ ਕਰਬਲਾ ਪੜੇ, ਜਿਹੜਾ ਕੁਝ ਹਾਂ ਤੁਹਾਡੀ ਦੁਆਵਾਂ ਦਾ ਜ਼ਾਕਰ ਹਾਂ। ਮੈਂ ਯਕੀਨ ਨਾਲ ਆਖ ਸੰਗਣਾ, ਉਹ 70 ਸਮਝ ਗਈ, ਉਹ ਕਬਰ 'ਚ ਯਾਦ ਆ ਗਈ ਤੇ ਕੋਈ ਕਬਰ 'ਚ ਅੱਖੀਂ ਦਾ ਵਜ਼ੂ ਹੋਵੇ ਸੀ ਆ। ਬੀਬੀ ਸਾਡੇ ਦਰਵਾਜ਼ੇ ਤੇ ਨਰੋ। ਬੀਬੀ ਆਦੀ ਉਬੈਦੁੱਲਾ, ਇਹ ਤਾਂ ਮੈਂ ਕੋਈ ਉਹ ਹਟਕੇਂਦੇ ਹਨ, ਸਾਡੀ ਗਲੀ 'ਚ ਨਰੋ, ਸਾਡੇ ਬਾਜ਼ਾਰ 'ਚ ਨਰੋ, ਸਾਡੇ ਦਰਬਾਰ 'ਚ ਨਰੋ, ਤੂੰ ਕਿਉਂ ਹਟਕੇਂਦਾ? ਆਦੇ ਬੀਬੀ ਆ, ਮਾਲ ਦਾ ਦਾਰੋ ਮਦਾਰ ਨੀਅਤ ਨਾਲ ਆਉਂਦਾ, ਮੇਰੀ ਨੀਅਤ ਨੇਕ ਕੇ ਮੈਂ ਪਹਿਲੇ ਆਖਿਆ, ਮੇਰੀ ਮਜਾਲ ਨਹੀਂ, ਮੈਂ ਤੋਂ ਰੋਵਣ ਤੂੰ ਹਟਕਾਂ, ਹਟਕੇਂਦਾ ਹੀ ਵਾਸਤੇ ਆ। ਬੀਬੀ ਤੂੰ ਜੋ ਮੇਰੇ ਦਰਵਾਜ਼ੇ ਤੇ ਖੜ ਕੇ ਰੋਂਦੀ ਖਣੀ, ਮੈਂ ਕੋਈ ਡਰ ਲੱਗਦਾ, ਮਤਾ ਜੰਨਤ ਦੇ ਦਰਵਾਜ਼ੇ ਤੇ ਮੇਰਾ ਬਾਬਾ ਅਬਾਸ ਮੇਰੇ ਸੀਨੇ ਤੇ ਹੱਥ ਰੱਖ ਕੇ ਆਖੇ, ਤੂੰ ਡੇਧਾਰੀਆਂ ਆਵੇਂ ਉਹ ਰੋਂਦੀ, ਜਿਹਦਾ ਸੀਨਾ ਦੁੱਖੇ ਉਹ ਬੰਦਾ ਬੇਸ਼ੱਕ ਮੈਂ ਤਮੀ ਸ਼ਾਮਿਲ ਨਾ। ਗਾਲੀ ਚ ਬਈ ਪਾ ਕੇ ਆਦੀਏ, ਰੋ ਨਹੀਂ ਮੇਰਾ ਅਬਾਸ ਤੂੰ, ਆਪਣੀ ਗਾਲ ਤੇ ਸੱਚਾ, ਪਰ ਤੂੰ ਜਾਣਦਾ ਜੇ ਤੱਕ ਤੇਰਾ ਬਾਬਾ ਜੀਂਦਾ ਹਾ, ਮੈਂ ਕਦਾ ਨੈਮ ਟੁਰੀ, ਉਹ ਟੁਰ ਗਏ ਤਾਂ ਮੈਂ ਟੁਰ ਕੇ ਆਈ ਖਣੀ, ਆਈ ਵਾਸਤੇ ਖਣੀਆਂ ਮੈਂ ਪਈ ਵਹਿੰਦੀ ਆ ਸ਼ਾਮ। ਉਬੈਦੁੱਲਾ, ਮੈਂ ਚਾਹੁੰਦੀ ਹਾਂ ਤੂੰ ਮੇਰੇ ਨਾਲ ਜੁਲ। ਬੀਬੀ ਕੋਈ ਮਰਕ ਹੈ, ਕੋਈ ਜੰਗ ਹੈ? ਨਾ ਮੇਰਾ ਬਚੜਾ, ਜੰਗ ਨਹੀਂ, ਜੰਗ ਹੀ ਚ ਮੇਰੇ ਵੱਡੇ ਨੁਕਸਾਨ ਹੋਏ। ਬੀਬੀ ਮੈਂ ਕੋ ਨਾਲ ਗਿਣ ਵੰਜਣ ਦੀ ਕੋਈ ਵਜ੍ਹਾ? ਬੀਬੀ ਆਦੀ ਉਬੈਦੁੱਲਾ, ਤੂੰ ਜਾਣਦਾ ਮੈਂ ਅੱਗੇ ਜ਼ਿੰਦਗੀ ਚ ਜਿਹੜੇ ਸਫ਼ਰ ਕੀਤੇ ਨੇ ਤੇਰੇ ਬਾਬੇ ਦੇ ਆਸਰੇ ਕੀਤੇ ਨੇ। ਆਖਰੀ ਲਫ਼ਜ਼ ਤੇ ਇੱਕੋ ਵੈਣ, ਤੇਰੇ ਬਾਬੇ ਦਾ ਘੋੜਾ ਮੇਰੇ ਮਹਮਲ ਦੇ ਯਾਡੂ ਮੀਲ ਅੱਗੂ ਟੁਰਦਾ ਹਾ, ਯਾਡੂ ਮੀਲ ਪਿੱਛੋਂ ਟੁਰਦਾ ਹਾ, ਤੇ ਤੇਰਾ ਬਾਬਾ ਅਲ ਹਿਜਾਬ ਦੀਆਂ ਹਕਲਾਂ ਦੇਂਦਾ ਹਾ। ਪੱਖੀਓ ਹੁਣ ਪਰਦਾ ਕਰ ਵਜੋਂ, ਅਲੀ ਦੀਆਂ ਧੀਆਂ ਬਹਿਰ ਆ ਗਈਆਂ। ਬੀਬੀ ਆਦੀ ਉਬੈਦੁੱਲਾ, ਜਿਹੜੇ ਦੀਨ ਦੀ ਸ਼ਰਾਬੀ ਨਾਲ ਬੋਲੀਆਂ, ਹੁਣ ਪੱਖੀਆਂ ਕੋ ਪਰਦੇ ਆਦੇ, ਮੈਂ ਕੋਈ ਸ਼ਰਮ ਆਉਂਦੀ ਹੈ, ਚਾਹੁੰਦੀ ਇਹ ਹਾਂ ਤੂੰ ਮੇਰੇ ਨਾਲ ਜੁਲ। ਆਪਣਾ ਘੋੜਾ ਨਾ ਮੇਰੇ ਮਹਮਲ ਦੇ ਡੂਮੀ ਲੱਗੂ ਟੋਰੇ, ਨਾ ਲੂ ਮਿਲ ਪਿੱਛੋਂ ਟੋਰੇ, ਮੇਰੀ ਹਰ ਚਿਹਰੇ ਤੇ ਨਿਗਾਹ ਹੈ। ਦੇਖਣਾ ਚਾਹੁੰਦਾ ਕਿਤਨੇ ਬੰਦੇ ਜਿਹੜੇ ਈ ਵੇਲੇ 70 ਸੁਣ ਕੇ ਆਏ ਕਰੇ ਸਨ, ਕਿਤਨੇ ਜਿਹੜੇ ਅਲੀ ਦੀ ਦੀਦੀ ਸਤ ਗੁਰਬਤ ਸੁਣ ਕੇ ਜ਼ਮੀਨ ਮਲ ਕੇ ਬੈਠੇ ਰਹਾ ਸਨ। ਬੀਬੀ ਆਦੀ, ਤੂੰ ਆਪਣਾ ਘੋੜਾ ਮੇਰੇ ਮਾਮਲ ਦੇ ਯਾ ਸਜੂੰ ਟੋਰ ਯਾ ਖੱਬੂੰ ਟੋਰ, ਤੇ ਮਿੰਨਤ ਕਰੇਂਦੀ ਆ। ਮੈਂ ਕੋਈ ਸੈਣ ਸਮਝਦੇ ਨਾ, ਸੈਣ ਹੋਣ ਦੇ ਨਾਤੇ ਮਿੰਨਤ ਕਰੇਂਦੀ ਆ, ਪੱਗ ਉਵੇਂ ਬੰਨੇ ਜਿਵੇਂ ਮੇਰਾ ਅਬਾਸ ਬੰਨਦਾ। ਇਸ ਨਾਏ ਸਫ਼ਰ 'ਚ ਜਿੱਥਾਂ ਥੱਕ ਪੋਸਾਂ, ਆਪਣੇ ਦਿਲ ਕੋ ਤਸੱਲੀ ਦੇ ਸਾਂ, ਕੱਲੀ ਨਾ ਮੇਰਾ ਗਾਜ਼ੀ ਮੇਰੇ ਨਾਲ। ਜੀਓ ਪਏ ਹਮੇਸ਼ਾ, ਜੀਓ ਪਏ ਹਮੇਸ਼ਾ, ਪਿੰਨਣ ਦੇ ਵੇਲੇ ਬਈ ਜਿਹੜੀ ਹਾਜਤ ਰੱਖੀ ਆਏ ਬੈਠੇ ਹੋ, ਮੰਗੀ ਕੱਲੀ ਨਾ ਮੇਰਾ ਗਾਜ਼ੀ ਮੇਰੇ ਨਾਲ।
میں غربت پڑھا تو میں ذاکر ہی سائن دا، پر اتنے بھی ذکر دی قسم ہے تواری محبت پڑھا گئی ہے، یقیناً منظور مجلس ہے ذکر دا صدقہ مولا تواڈے وی جتنے محرومین ٹر گئے انہاں دے درجات بلند فرما دے، آ کھڑی ہے اتھاں جتھاں اج دفن ہے، میں کوئی انتظار تو نہیں کرایا، آدھی اما فضا وہ جا نہیں جتھاں ترائے دی کھڑیاں رہی آسے، وہ جتھاں اعلان کر کے آکھاں نے حال بازار نہیں سجے، اما اتھاں ایک تغر نامی درخت ہے جہد نال میرے برا دے سارا لی سانگ کھڑیا نے، میں کو خون دی خوشبو آندی پی ہے، ایک دفعہ معمل تو لے ڈٹھی آ درخت موجود ہے یا کوئی نہ، دائی معمل تو لتھی ہے عقل مار کے دیا لیا کون دے تیرے برا دے مکانی کوئی نہیں، میری دھی مکانی تا ڈھیر ہن وی شام، اما شام اچ کون مکانی، فضا دی اما مال تو لیا دیکھ مکانی، کوئی انسان نہیں سفید رنگ دے پکھین ٹہنیاں تو اج وی تازہ خون جاری ہے، پکی خون دے نال پر ماس کریں دین اڑ دین پرواز کریں دین تڑپ کے پکھی ماروے، کچھ بندے لینا ہے کیتی ہے ڈھیر ان جڑے زمین مال کے بیٹھن، ذکر دی قسم ہے پکھیاں دے مرن دا نا علی دی دی محمل تو جھڑ پئیے، کربلا دے پاس منہ کر کے دی پکھی مر دے وین نی وے بھین جی دی ودی آئی، بی بی آ دی میں کو دسیاں حوصلے نال کدا کہ پڑھن والے دا اعتراض نہیں کیتا، پر سارے جان دیو میں اوں پیو دا پتراں نے اپنی ذاکری چ ادب پڑھے، اپنی 55 سارا ذاکری چ نہ صرف ادب ہی پڑھے، ایتھا پڑھن والے پڑھدے رہندے نے کوئی زمیندار آ بیالا لے او بابے اونا پڑھ دینا نین زمینہ دی مالک دی ماں اے، ایویں سمجھو چاہ جو اے باغ دا مدے رہا، جے کو اے پتہ لگے جو مدہ تو بعد آج مالک دی دی حق گھنانا ہی کھڑی، 4 دا جتنا حق مدی قبر تو بلا کے یا حافظ ہو یا حفیظ جا کے میں سم پوت تیرے پیو دے قاتل اتنا جگہ ہے، مڈی دید مک گئی ہے، آخری وین سجاد چاچا کو سد چاچا جیندا نوکر سدے نا میں مر گئی ہے، سارے وین نہ پڑھتا سونا رو پیو دعا منگ سوئی ذکر دا صدقہ میرے بھائی کوثر باد دے مولا درجات بلند فرما، رو جو پیو جتنے بھی سارے شاعر دے مرحومین ان مولا درجات بلند فرماوے، بس آخری وین غسل نہ پڑھتا، اے گھرانہ غسل دا محتاج نہیں، اتھاں کچھ پڑھن والے پڑھدے رہن سجاد جنا جنازہ چاون لگے فضا دیا ڈو پاوے میں چیس ڈو تسا پیو پتر چو میں تواڈے کول پوچھدا ہے کوئی بیوار ہے سہی، 18 بھراواں دی بھیڑ سجاد میاں تیویں نہیں چایا، کربلا دمو کر کے دے بیمار تے اوکھی پڑ گئی ہے، بیمار تے اوکھی پڑ گئی ہے، بیمار تے اوکھی پڑ گئی ہے، میں ڈاک پر ویرانی آویں ہا تڑپ گیا تے تڑے پالن والی مر گئی، حوصلے نال حوصلے نال
ਹਾਕੀ ਮੈਂ ਬਣਦਾ ਤੁਹਾਡੀ ਅਜ਼ਾਦਾਰੀ ਦਾ ਜਿਵੇਂ ਹੁਣ ਪਕੁਰ ਲੰਦ ਪਾਲਣ ਵਾਲੀ ਮਰ ਗਈ ਏ ਇਹਦਾ ਮਈਆ ਧੀਆਣ ਚਵਾਵੇ ਹਾ ਹਿਣ ਢੇਰ ਵੇਣ ਪਰ ਜਿਤਨਾ ਸੁਣ ਸੋ ਉਤਨੇ ਸਾਬ ਨਾਲ ਹੀ ਪਰਸ ਬਾਅਦ ਵਿੱਚ ਮੇਰੇ ਬਜ਼ੁਰਗਾਂ ਪੜਨੇ ਮੇਰੇ ਵਾਸਤੇ ਜਿਤਨੀ ਬਾਬੇ ਦੀ ਇੱਜ਼ਤ ਕਰੇ ਨਾ ਸੈਣ ਦੀ ਕਸਮ ਉਤਨੀ ਨਾ ਦੀ ਇੱਜ਼ਤ ਕਰੇ ਨਾ ਬਸ ਬੂ ਕਹਿੰਦਾ ਪੀਆ ਸਜਣਾ ਦੇ ਨਾਵੇਂ ਹੱਕਲ ਮਾਰੀਏ ਬਾਬੇ ਹੁਣ ਪਰਜਣਾ ਦੇ ਆਪ ਕੋਲ ਖੜ ਕੇ ਰੋਂਦਾ ਖੜੇ ਅੱਲਾ ਜਾਣੇ ਕਿਹੋ ਜਿਹਾ ਵੇਲਾ ਯਾਦ ਆਏ ਸਜਾਦ ਛੜ ਪਿਆ ਤੜਪ ਕੇ ਪੈਰਾਂ ਵਾਲੇ ਪਾਸੂਆ ਬੈਠੇ ਪੈਰ ਚੁੰਮ ਕੇ ਦਏ ਮੈਂ ਮਾਫ਼ੀ ਮੰਗਦਾ ਤੇਰਾ ਪੱਤਰ ਦਾ ਦਿਲ ਨਹੀਂ ਬੀਬੀ ਆ ਜੇ ਕਿਹੜੀ ਗੱਲ ਦੀ ਮਾਫ਼ੀ ਤਲੀਆਂ ਤੇ ਮੂੰਹ ਰੱਖਿਆ ਥੇ ਰਈਏ ਰੁਲਦੀ ਵਿੱਚ ਬਾਜ਼ਾਰਾਂ ਦੇ ਅੱਜ ਤੇਰੀ ਮਿੰਨਤ ਕਰੇਗਾ ਮੂੰਹ ਦੂਰ ਪੀਣਾ ਵਾ ਪੁੱਤਰਾਂ ਦੇ ਈ ਜੰਗਲ ਵਿੱਚ ਦਫਨੇ ਦਾ ਅੱਜ ਫੇਕੇ ਵਸਦੇ ਜੀ ਜੀ ਮਜਲਿਸ ਮੇਰੇ ਹਿੱਸੇ ਦੀ ਯੋਗ ਆਖਰੀ ਵੇਣ ਉਹ ਵੀ ਫਕਤ ਤੁਹਾਡੀ ਮੁਹੱਬਤ ਕੋ ਦੇਖ ਇਹ ਹੁਣ ਗੁਜ਼ਰੀ ਆਈ ਬੀਬੀ ਦੀ ਗੁਰਬਤ ਚਾਹਨਾ ਹਰ ਮਾਤਮੀ ਦਾ ਹੱਥ ਕਬਰੇ ਹੁਸੈਨ ਨਾਲ ਮਸ ਹੁਣ ਇੰਤਜ਼ਾਰ ਖੜਾ ਕਰਿੰਦੇ ਕੋਈ ਆਉਂਦਾ ਜਾਂ ਕੋਈ ਨਾ ਪਹਿਲੇ ਪਹਿਲੇ ਆਵਾਜ਼ ਆਈ ਆ ਹਟ ਵੰਜੋ ਮੈਂ ਮੁਹੰਮਦ ਸਜਾ ਦਾਦਾ ਨਾਨਾ ਧੀ ਸੁਣਾ ਵੱਤ ਆਵਾਜ਼ ਆਈ ਹੈ ਮੈਂ ਬਤੂਲ ਵੱਤ ਆਵਾਜ਼ ਆਈ ਹੈ ਮੈਂ ਨਜਫ ਦਾ ਵਾਲੀ ਅਲੀ ਆ ਗਈ ਬਿਆਲਾ ਲਿਓ ਸਾਰੇ ਮਈਆ ਤਿਆਨ ਅਲੀ ਮਈਆ ਤੇ ਨਹੀਂ ਆਇਆ ਸਾਰੇ ਸੁਣਾ ਨੂੰ ਖਣੇ ਨਲੀ 15 ਕਦਮਾਂ ਤੇ ਰੁਕ ਗਈ ਦਿਲ ਲੁੱਕੇ ਮੈਂ ਕੁਛ ਸਹੀਆ ਸਮਝ ਕੇ ਮਾਫ ਚੱਕਰ ਆਏ ਸਜਾ ਦਾਦੇ ਡਾਡਾ ਕੋਈ ਨਾਰਾਜ਼ਗੀ ਅਲੀਆ ਦੇ ਮੋਸਨਾ ਤੇ ਕੋਈ ਨਾਰਾਜ਼ ਨਹੀਂ ਹੁੰਦਾ ਡਾਡਾ ਆਂਦਾ ਕਿਉਂ ਨਹੀਂ ਸਜਾ ਤੁਹਾਡੇ ਕਹਿ ਦੇ ਪਹਿਲੇ ਫੁੱਫੀ ਕੋਲ ਇੱਕ ਗਾਲ ਦਾ ਜਵਾਬ ਗਿੰਨੇ ਡਾਡਾ ਕਿਹੜੀ ਗਾਲ ਤਰਪੇਲੀ ਮੂੰਹ ਤੇ ਮਾਤਮ ਕਰਕੇ ਆਥੇ ਤੇਰੇ ਗਾਜ਼ੀ ਵੀਰ ਦੀ ਜ਼ਿੰਦਗੀ ਵਿੱਚ ਤੇਰਾ ਫਲਕ ਨੇ ਵੇਖੀ ਆਸਾਇਆ ਨਹੀਂ ਮੈਂ ਸਿੱਕਦਾ ਤੁਰਿਆ ਦੁਨੀਆ ਤੂੰ ਤੈਂ ਮੇਰੇ ਨਾਲ ਲਾਇਆ ਨਹੀਂ ਉਹ ਕਿਵੇਂ ਬੋਲੀਏ ਨਾਲ ਸ਼ਰਾਬ